ਗੁਰੂ ਰੂਪਿਆਰੀ ਸਾਤਸੰਗ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਇੱਕ ਥਾਈਂ ਇਹ ਦਰਸਾਇਆ ਹੈ ਕਿ ਸਹੀ ਮਾਇਨੇ ਵਿੱਚ ਕੋਈ ਜਤ ਸਿਮਰਨ ਕਰਦਾ ਹੈ ਤਾਂ ਗੁਰੂ ਆਪ ਉਸ ਸਿਮਰਨ ਵਾਲੇ ਦੇ ਕਦਮ ਗਿਣਦਾ ਹੈ ਉਸ ਦੇ ਇੰਤਜ਼ਾਰ ਵਿੱਚ ਰਹਿੰਦਾ ਹੈ ਉਸ ਦੀ ਹਰ ਖਤਰੇ ਤੋਂ ਰੱਖਿਆ ਕਰਦਾ ਹੈ ਸਿਮਰਨ ਵਾਲੇ ਦੇ ਪਿਛੋਕੜ ਵਿੱਚ ਮੁਕਤ ਗਾਮੀ ਆਤਮਾਵਾਂ ਦਾ ਜਨ ਸਮੂਹ ਖੜਾ ਹੁੰਦਾ ਹੈ ਤੇ ਫਰਿਸ਼ਤੇ ਸਿਮਰਨ ਦੇ ਸੱਚੇ ਭਾਵਾਂ ਦੇ ਅਰਥ ਪ੍ਰਦਾਨ ਕਰਕੇ ਸਾਡੇ ਅੰਦਰ ਸੱਚੀ ਮਿਠਾਸ ਭਰ ਦਿੰਦੇ ਹਨ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਸਿਮਰਨ ਤਾਂ ਜੀਵਨ ਦੇ ਗ੍ਰਹਿ ਪ੍ਰਬੰਧ ਦਾ ਵਿਧਾਨ ਹੈ ਆਪਣੇ ਵੱਲ ਆਉਣ ਵਾਲੇ ਹਰ ਯਾਤਰੀ ਦੇ ਗੁਰੂ ਕਦਮ ਗਿਣਦਾ ਹੈ ਤੇ ਉਹ ਸਿਮਰਨ ਵਾਲੇ ਮਨੁੱਖ ਦੀ ਹਰ ਖਤਰੇ ਤੋਂ ਰੱਖਿਆ ਕਰਦਾ ਹੈ ਹਾਂ ਜੀ ਆਪਣੇ ਵੱਲ ਆਉਣ ਵਾਲੇ ਹਰ ਯਾਤਰੀ ਦੇ ਗੁਰੂ ਕਦਮ ਗਿਣਦਾ ਹੈ ਤੇ ਉਹ ਸਿਮਰਨ ਵਾਲੇ ਮਨੁੱਖ ਦੀ ਹਰ ਖਤਰੇ ਤੋਂ ਰੱਖਿਆ ਕਰਦਾ ਹੈ ਜਦੋਂ ਕਿਸੇ ਮਨੁੱਖ ਦੇ ਬੁੱਲ ਉਸ ਦੇ ਨਾਮ ਨੂੰ ਉਚਾਰਦੇ ਹਨ ਤਾਂ ਕੋਈ ਵੀ ਤਤੀਵਾ ਉਸ ਨੂੰ ਪਹੁੰਚ ਨਹੀਂ ਸਕਦੀ ਅਨੇਕ ਫਰਿਸ਼ਤਿਆਂ ਦੇ ਹੋਂਠ ਪ੍ਰਭੂ ਦੇ ਨਾਮ ਦਾ ਗਾਇਨ ਕਰ ਰਹੇ ਹਨ ਇਹ ਤਾਂ ਵਾਹ ਵਾਹ ਦਾ ਵਿਸ਼ਵ ਵਿਆਪੀ ਗੀਤ ਹੈ ਸਭ ਉਸਦੇ ਪ੍ਰੇਮ ਨੂੰ ਗਾਉਂਦੇ ਹਨ ਉਸਦੇ ਮਹਾਨ ਪ੍ਰੇਮ ਦੁਆਰਾ ਤੁਹਾਨੂੰ ਉਸਦੀ ਹਜ਼ੂਰੀ ਵਿੱਚ ਠੌਰ ਮਿਲਦੀ ਹੈ ਤੁਹਾਡੇ ਇਸ ਪਵਿੱਤਰ ਸਿਮਰਨ ਦੇ ਪਿਛੋਕੜ ਵਿੱਚ ਮੁਕਤ ਗਾਮੀ ਆਤਮਾਵਾਂ ਦਾ ਜਨ ਸਮੂਹ ਖੜਾ ਹੁੰਦਾ ਹੈ ਹਾਂਜੀ ਫਿਰ ਦੁਹਰਾ ਦਈਏ ਉਸਦੇ ਮਹਾਨ ਪ੍ਰੇਮ ਦੁਆਰਾ ਤੁਹਾਨੂੰ ਉਸਦੀ ਹਜ਼ੂਰੀ ਵਿੱਚ ਠੌਰ ਮਿਲਦੀ ਹੈ ਤੁਹਾਡੇ ਇਸ ਪਵਿੱਤਰ ਸਿਮਰਨ ਦੇ ਪਿਛੋਕੜ ਵਿੱਚ ਮੁਕਤ ਗਾਮੀ ਆਤਮਾਵਾਂ ਦਾ ਜਨ ਸਮੂਹ ਖੜਾ ਹੁੰਦਾ ਹੈ ਜਦੋਂ ਤੁਸੀਂ ਨਾਮ ਦਾ ਬਾਰੰਬਾਰ ਜਾਪ ਕਰਦੇ ਹੋ ਜੋ ਉਸ ਦੀ ਸ਼ਾਨ ਦਾ ਵਿਸ਼ਵ ਵਿਆਪੀ ਮਿੱਠੜਾ ਸੰਗੀਤ ਹੈ ਤਾਂ ਤੁਹਾਡੀ ਰਸਨਾ ਦੁਆਰਾ ਫਰਿਸ਼ਤੇ ਆ ਕੇ ਸਿਮਰਨ ਦੇ ਭਾਵਾਂ ਨੂੰ ਸੱਚੇ ਅਰਥ ਪ੍ਰਦਾਨ ਕਰਦੇ ਹਨ ਤੇ ਤੁਹਾਡੇ ਆਪੇ ਵਿੱਚ ਸੱਚੀ ਮਿਠਾਸ ਭਰ ਦਿੰਦੇ ਹਨ ਤੁਹਾਡੇ ਆਪੇ ਦਾ ਅੰਤਮ ਅਰਥਾਤ ਤੁਹਾਡਾ ਆਤਮਿਕ ਸਰੂਪ ਤੁਹਾਡੇ ਤੋਂ ਬਾਹਰ ਹੁੰਦਾ ਹੈ ਇਸ ਲਈ ਪੰਛੀਓ ਤੁਸੀਂ ਆਪਣੇ ਚਾਂਦੀ ਰੰਗੇ ਖੰਭਾਂ ਨਾਲ ਅਨੰਤ ਨੀਲਾਣਾ ਵਿੱਚ ਉੱਚਾ ਉੱਡੋ ਅਤੇ ਉਸ ਮਹਾਨ ਪ੍ਰਕਾਸ਼ ਵਿੱਚ ਆਪਣੇ ਖੰਭਾਂ ਨੂੰ ਫੜਫੜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ